ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀ ਡਿਟੇਲ ਇਨਫੋਰਮੇਸ਼ਨ ਅੱਜ ਸਵੇਰੇ ਹੀ ਨੋਟੀਫਿਕੇਸ਼ਨ ਆਊਟ ਹੋਇਆ ਹੈ ਨਵੀਆਂ ਪੋਸਟਾਂ ਦੇ ਸਬੰਧ ਵਿੱਚ ਸੋ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਵੇ ਅਤੇ ਤੁਸੀਂ ਸਮਾਂ ਰਹਿੰਦੇ ਅਪਲਾਈ ਕਰ ਸਕੋ ਸੋ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚਲਦੇ ਹਾਂ ਸਿੱਧਾ ਤੁਹਾਨੂੰ ਅੱਜ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿਨੇ ਆ ਜੀ ਕੰਪਲੀਟ ਜਾਣਕਾਰੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਪਹੁੰਚ ਗਏ ਆ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਸਾਇੰਸ ਵੱਲੋਂ ਸਿੱਧੀ ਭਰਤੀ ਆ ਜੀ ਵਾਕ ਇਨ ਇੰਟਰਵਿਊ ਰੱਖੀ ਗਈ ਆ ਇਹ ਇਸ ਭਰਤੀ ਲਈ 5 9 2022 ਨੂੰ ਸਵੇਰੇ 11:00 ਵਜੇ ਠੀਕ ਹੈ ਜੀ ਵਾਕਨ ਇੰਟਰਵਿਊ ਕਿੱਥੇ ਹੈ ਜੀਜੀਐਸ ਮੈਡੀਕਲ ਕਾਲਜ ਐਂਡ ਹਸਪੀਟਲ ਫਰੀਦਕੋਟ ਵਿਖੇ ਇਹ ਇੰਟਰਵਿਊ ਰੱਖੀ ਗਈ ਹੈ ਠੀਕ ਹੈ ਜੀ ਸੋ ਪੋਸਟ ਦੀ ਆਪਾਂ ਗੱਲ ਕਰ ਲੈਨੇ ਆ ਲੈਕਚਰਰ ਦੀ ਪੋਸਟ ਹੈ ਠੀਕ ਹੈ ਜੀ ਇੱਕ ਪੋਸਟ ਹੈ ਐਸਸੀ ਠੀਕ ਹੈ ਜੀ ਸੈਲਰੀ ਤੁਹਾਨੂੰ 7th ਸੈਂਟਰਲ ਪੇ ਕਮਿਸ਼ਨ ਦੇ ਆਧਾਰ ਤੇ ਦਿੱਤੀ ਜਾਣੀ ਹੈ ਤੇ ਕੁਆਲਿਫੀਕੇਸ਼ਨ ਐਮਐਸਸੀ ਆਡੀਓਲੋਜੀ ਐਮਐਸਸੀ ਸਪੀਚ ਲੈਂਗੁਏਜ ਪੈਥੋਲੋਜੀ ਠੀਕ ਹੈ ਜੀ ਐਮਐਸ ਐਮਏ ਐਸਐਲਪੀ ਐਮਐਸਸੀ ਸਪੀਚ ਐਂਡ ਹਿਅਰਿੰਗ ਡਿਗਰੀ ਫਰੋਮ ਆਰਸੀਆ ਰਿਕੋਗਨਾਈਜ਼ਡ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਅਪਲਾਈ ਕਰਨ ਦੇ ਲਈ ਤੁਸੀਂ ਫੀਸ ਤੁਹਾਡੀ 1770 ਜਨਰਲ ਤੇ 885 ਐਸਸੀ ਦੀ ਹੈ ਤੇ ਇਹਦੇ ਲਈ ਡਿਮਾਂਡ ਡਰਾਫਟ ਤੁਸੀਂ ਦਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਤੇ ਫੇਵਰ ਚ ਬਣਾਉਣਾ ਹੋਵੇਗਾ ਠੀਕ ਹੈ ਜੀ ਅਪਰ ਏਜ ਲਿਮਟ ਜਿਹੜੀ ਉਹ 37 ਸਾਲ ਰੱਖੀ ਗਈ ਆ ਸੋ ਇਹ ਸੀਗੀ ਜੀ ਅੱਜ ਦੀ ਅਪਡੇਟ ਸੋ ਜੇ ਕੋਈ ਹੋਰ ਭਰਤੀ ਨਿਕਲਦੀ ਹੈ ਬਾਬਾ ਫਰੀਦ ਚ ਤਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰਦੇ ਨੇ ਹੁੰਨੇ ਆ ਸੋ ਤਾਜ਼ਾ ਅਪਡੇਟ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਸੋ 5 ਤਰੀਕ ক্লাস 5 ਤਰੀਕ ਨੂੰ ਇੰਟਰਵਿਊ ਹੈ ਜੀ ਜਿਹੜੇ ਐਲੀਜੀਬਲ ਕੈਂਡੀਡੇਟ ਆ ਉਹ ਇੰਟਰਵਿਊ ਦੇ ਸਕਦੇ ਆ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਬਹੁਤ ਸਾਰੇ ਕੈਂਡੀਡੇਟਸ ਦੇ ਕਮੈਂਟ ਆ ਰਹੇ ਹੁੰਦੇ ਆ ਕਿ ਰਿਪਲਾਈ ਨਹੀਂ ਕਰਤੇ ਸੋ ਆਪਾਂ ਸੰਡੇ ਨੂੰ ਇੱਕ ਵੀਡੀਓ ਕਰਿਆ ਕਰਾਂਗੇ ਜੀ ਸਪੈਸ਼ਲੀ ਕਮੈਂਟ ਰਿਪਲਾਈ ਲਈ ਕਿਉਂਕਿ ਸਾਰੇ ਸਾਰੀਆਂ ਵੀਡੀਓਜ਼ ਤੇ ਇਕੱਲੇ-ਇਕੱਲੇ ਕਮੈਂਟ ਦਾ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਬਾਕੀ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਜੇ ਕੁਝ ਹੋਰ ਪੁੱਛਣਾ ਹੋਵੇ ਤਾਂ ਇੰਸਟਾ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ